ਮੈਂ ਕਿਹਾ ਮੈਂ ਤਾਂ ਪੜ੍ਹ ਕੇ ਆਇਆ ਅਤੇ ਇੱਕ ਬੜਾ ਸਪਨਾ ਲੈ ਗਿਆ ਉਸ ਟਾਈਮ ਦੇ ਜਦੋਂ ਕਿ ਅਨਹਰਡ ਆਫ ਅਤੇ ਮੈਂ ਆਪਣਾ ਸਪਨਾ ਮੇਰੇ ਰੱਬ ਨੇ ਮੈਨੂੰ ਬੜਾ ਸਾਰਾ ਸਫ਼ਰ ਪੂਰਾ ਵੀ ਕੀਤਾ ਬਣਿਆ ਐਕਟਰ ਪਰ ਬੜੀ ਫਿਲਮਾਂ 'ਤੇ ਕੰਮ ਕੀਤਾ ਅਰਲੀ 80s ਇੱਕ ਮੇਰੀ ਟੀ ਵੀ ਸੀਰੀਜ਼ ਚੱਲਦੀ ਸੀ ਸੇਂਟ ਆਲਸੋ ਹੈ ਡੈਂਸਲ ਵਾਸ਼ਿੰਗਟਨ ਜਿਹੜਾ ਕਿ ਸੁਪਰ ਸਟਾਰ ਹੈ ਦੁਨੀਆ ਮੇਰੇ ਨਾਲ ਕੰਮ ਕਰਦਾ ਹੁੰਦਾ ਸੀ ਮੈਂ ਵੀ ਵੈਸੇ ਬੋਲੀ ਜਾਂਦਾ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਤੁਹਾਨੂੰ ਕਹਾਂਗੀ ਮੈਂ ਇੰਨਾ ਖੁਸ਼ ਹਾਂ ਬਲੈਕ ਪ੍ਰਿੰਸ ਬੜੀ ਸਕਸੈਸਫੁਲ ਫਿਲਮ ਗਈ ਹੈ ਉਹਦੇ ਨਾਲ ਮੈਨੂੰ ਬੜਾ ਮਾਣ ਮਿਲਿਆ ਦੁਨੀਆ ਭਰ ਤੋਂ ਮੈਂ ਰੱਬ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਇਸ ਚੀਜ਼ 'ਚ ਪਰ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਕਿ ਮੈਂ ਅੱਛਾ ਕੰਮ ਕਰਾਂ ਸਭ ਤੋਂ ਪਹਿਲਾਂ ਕਿ ਮੇਰੀ ਫੈਮਲੀ ਕਸ਼ਮੀਰ ਤੋਂ ਗਾ ਮੇਰਾ ਬ੍ਰਦਰ ਤੁਸੀਂ ਉਹ ਮੇਰੇ ਤੋਂ ਖੁਸ਼ ਹੋਵੇ ਉਸ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਪੂਰੇ ਹੋ ਗਏ 9 ਸਾਲ ਪਹਿਲਾਂ ਮੇਰੀ ਹਮੇਸ਼ਾ ਕੋਸ਼ਿਸ਼ ਸੀ ਕਿ ਉਹ ਸੈਂਸ ਆਫ ਪ੍ਰਾਈਡ ਪ੍ਰਾਊਡ ਹੋਣ ਲੱਗ ਕਿ ਮੈਂ ਅਗਰ ਇਸ ਰਸਤੇ ਚੱਲਣਾ ਹਾਂ ਇੱਕ ਸਾਡੀ ਫੈਮਲੀ 'ਚ ਕੋਈ ਆਰਟਿਸਟਿਕ ਬੰਦਾ ਨਹੀਂ ਸਿੱਖਦਾ ਉਸ ਤੋਂ ਪਹਿਲਾਂ ਕਿ ਮੈਂ ਸਹੀ ਤਰੀਕੇ ਨਾਲ ਚੱਲਣਾ ਅੱਛੇ ਕੰਮ ਕਰਨਾ ਅੱਛੀਆਂ ਫਿਲਮਾਂ ਬਣਾਉਣਾ ਅੱਛੀਆਂ ਫਿਲਮਾਂ 'ਚ ਕੰਮ ਕਰਨਾ ਮੈਂ ਕੀਤਾ ਵੀ ਹੈ ਬੜੇ ਸੋਚ ਸਮਝ ਕੇ ਮੈਨੂੰ ਵਿੱਚ ਵਿੱਚ ਐਜ਼ ਐਨ ਐਕਟਰ ਪਰ ਟੈਰੋਰਿਸਟ ਟਾਈਪ ਦੇ ਰੋਲ ਮਿਲਣਾ ਪਿਆ ਐਰਬ ਟੈਰੋਰਿਸਟ ਅਤੇ ਮੈਂ 5-6 ਸਾਲ ਮੈਂ ਕੰਮ ਛੱਡ ਵੀ ਦਿੱਤਾ ਸੀ ਐਕਟਰ ਮੈਂ ਕਿਹਾ ਇਸ ਤਰ੍ਹਾਂ ਦਾ ਕੰਮ ਨਹੀਂ ਮੈਂ ਕਰਨਾ ਮੈਂ ਬੜੀਆਂ ਮੁਸ਼ਕਲਾਂ ਵੀ ਕੱਟੀਆਂ ਅਤੇ ਮੈਨੂੰ ਮੈਂ ਇੰਡਸਟਰੀ ਛੱਡ ਗਿਆ ਸੀ ਕਿ ਨਹੀਂ ਇਹ ਬੜਾ ਨੈਗੇਟਿਵ ਜਿਹਾ ਕੰਮ ਆ ਇਹ ਮੈਨੂੰ ਸਹੀ ਨਹੀਂ ਲੱਗ ਰਿਹਾ ਕਿ ਮੈਂ ਮੇਰੀ ਫੈਮਲੀ ਬੈਕਗਰਾਊਂਡ ਕੀ ਆ ਮੇਰਾ ਰਿਲੀਜੀਅਸ ਬੈਕਗਰਾਊਂਡ ਕੀ ਹੈ ਇੱਕ ਸਿੱਖ ਹੋਣ ਦੇ ਨਾਤੇ ਪੰਜਾਬੀ ਹੋਣ ਮੈਨੂੰ ਚੰਗਾ ਨਹੀਂ ਲੱਗਦਾ ਸੀ ਉਹ ਪਰ ਪਰਮਾਤਮਾ ਨੇ ਇਸੇ ਰਸਤੇ ਨਾਲ ਮੈਨੂੰ ਮੌਕਾ ਮਿਲਿਆ ਬਲੈਕ ਪ੍ਰਿੰਸ ਬਣਾਉਣ ਦਾ ਉਸ ਤੋਂ ਪਹਿਲਾਂ ਗੋਲਡ ਬੇਸ ਤੇ ਫਿਲਮ ਬਣਾਈ ਆਪਣੀ ਸਿੱਖ ਫੈਮਲੀ ਦੀ ਕਹਾਣੀ ਨਾ ਮਿਲਾ ਨਹੀਂ ਹੋਰ ਕੀ ਹੁੰਦਾ ਉਸੇ ਰਸਤੇ 'ਤੇ ਚੱਲਦੇ ਚੱਲਦੇ ਅੱਗੇ ਵੀ ਇਹਨਾਂ ਦਾ ਸਕਦੇ ਨੇ ਅਗਲੇ ਫਿਲਮ ਅਗਲੀ ਫਿਲਮ ਬਣਾ ਰਹੇ ਹਾਂ ਮੈਂ ਇੱਕ ਮੁਗਲੀ ਆ ਰਾਈਟਰ ਐਕਟਰ ਡਾਇਰੈਕਟਰ ਹਾਂ ਉਹ ਹੀ ਮੇਰੇ ਤਾਂ ਸਪਨੇ ਹੁੰਦੇ ਆ ਕਿ ਮੈਂ ਹੱਥ ਨਾ ਕਰਾਂ ਉਹ ਸਪਨੇ ਅਗਰ ਉਹਦਾ ਤੁਹਾਡਾ ਸਹਾਰਾ ਨਾ ਮਿਲੇ ਦੂਰੇ ਰਹਿ ਜਾਂਦੇ ਨੇ ਪਰ ਮੇਰੀ ਕਿਸਮਤ ਇੰਨੀ ਅੱਛੀ ਹੈ ਕਿ ਮੈਨੂੰ ਭਾਜੀ ਅੱਗੇ ਮੇਰੇ ਸਹਾਰਾ ਮਿਲੇ ਜਿਹੜੇ ਕਹਿੰਦੇ ਨੇ ਇਹਨਾਂ ਨੂੰ ਦੱਸਿਆ ਮੈਂ ਕਿਹਾ ਭਾਜੀ ਇੱਦਾਂ ਦੀ ਫਿਲਮ ਬਣਾਉਣੀ ਜਾਂਦਾ ਮੈਂ ਗਦਰ ਮੂਵਮੈਂਟ ਦੇ ਕਰਤਾਰ ਸਿੰਘ ਸਰਾਭਾ ਦੇ ਫਿਲਮ ਬਣਾਉਣੀ ਜਾਂਦਾ ਮੇਰਾ ਕੋਈ 40-45 ਸਾਲ ਦਾ ਸੁਪਨਾ ਹੈ ਜਦੋਂ ਮੈਂ ਇੰਡਸਟਰੀ 'ਚ ਗਿਆ ਇਸ ਨਾਲ 40 ਈਅਰਸ ਅਰਲੀਅਰ ਅਤੇ ਉਦੋਂ ਦਾ ਸੁਪਨਾ ਹੈ ਕਿ ਮੇਰੀ ਨਾ ਮੈਂ ਭੁੱਲ ਗਿਆ ਨਿਊਜ਼ ਪੇਪਰ ਇੱਕ ਮੈਗਜ਼ੀਨ ਹੈ ਮੇਰੇ ਕੋਲ 83 'ਚ ਮੇਰੀ ਇੰਟਰਵਿਊ ਹੋਈ ਸੀ ਇਹ ਆਪਣੇ ਕਵਰ 'ਤੇ ਮੇਰੀ ਫੋਟੋ 'ਤੇ ਅਤੇ ਉਹ ਗੋਰੀ ਮੈਨੂੰ ਪੁੱਛਦੀ ਕਹਿੰਦੀ ਕਿ ਲਾਈਫ 'ਚ ਤੈਨੂੰ ਕੋਈ ਚਾਂਸ ਮਿਲੇ ਕਦੀ ਕਿ ਤੂੰ ਤੈਨੂੰ ਫਿਲਮ ਬਣਾ ਮੈਂ ਉੱਥੇ ਲਿਖਿਆ ਹੋਇਆ ਮੈਂ ਕਰਤਾਰ ਸਿੰਘ ਸਾਹਿਬ ਫਿਲਮ ਬਣਾ ਕਹਿੰਦੀ ਉਹ ਕੌਣ ਹੈ ਮੈਂ ਉਹਨੂੰ ਦੱਸਿਆ ਮੈਂ ਕਿਹਾ ਸਾਡੇ ਇੰਡੀਆ ਦੀ ਇੰਡੀਪੈਂਡੈਂਸ ਮੂਵਮੈਂਟ ਆ ਉਹ ਇੱਥੋਂ ਸ਼ੁਰੂ ਹੋਈ ਸੀਗੀ ਮੈਂ ਕਿਹਾ ਅਸੀਂ ਗਾਂਧੀ ਨੂੰ ਬੜਾ ਦੇਣ ਕਾਰ ਖੋਲ੍ਹੇ ਸਾਨੂੰ ਇੰਡੀਪੈਂਡੈਂਸ ਲੈ ਕੇ ਦਿੱਤੀ ਮੈਂ ਕਿਹਾ ਨਹੀਂ ਸਹੀ ਉਹਦੇ ਹੀਰੋ ਇਹ ਸੀਗੇ ਤਾਂ ਉਹਨੇ ਪੂਰਾ ਉੱਥੇ ਆਰਟੀਕਲ ਲਿਖਿਆ 82-83 ਦੇ ਵਿੱਚ ਆਦਮ ਮੈਗਜ਼ੀਨ ਸੀਗਾ ਇੰਨਾ ਪੁਰਾਣਾ ਮੇਰਾ ਸੁਪਨਾ ਹੈ ਅਤੇ ਇਵੈਂਚੁਅਲੀ ਇਹ ਸੁਪਨਾ ਪੂਰਾ ਹੋ ਗਿਆ ਅਤੇ ਮੈਂ ਬੜੇ ਵਿਥ ਗ੍ਰੇਟ ਸੈਂਸ ਆਫ ਪ੍ਰਾਈਡ ਮੈਂ ਕਹਿੰਦਾ ਕਿ ਸਾਡੇ ਸਾਡੀ ਸਰਦੀ ਸਰਦਾਰ ਸਾਡਾ ਇਹਨਾਂ ਕਰਕੇ ਸਭ ਕੁਛ ਹੋ ਰਿਹਾ ਇਸ ਫਿਲਮ ਇੰਨਾ ਕਰਨਾ ਸਪੋਰਟ ਇਹਦੀ ਬਹੁਤ ਜਲਦੀ ਸ਼ੂਟਿੰਗ ਸ਼ੁਰੂ ਹੋ ਰਹੀ ਹੈ ਅਤੇ ਆਏ ਭਾਈ ਅਸੀਂ ਪਿੱਛੋਂ ਵੀ ਪੇਂਡੂ ਹਾਂ ਯਾਨੀ ਕਿ ਲੱਗਦਾ ਹੁਸ਼ਿਆਰਪੁਰ ਤੋਂ ਅਤੇ ਮੇਰਾ ਜਿਹੜੇ ਕਿ ਨਹੀਂ ਜਾਣਦੇ ਮੇਰਾ ਬਰਥ ਇੰਡੀਆ ਦਾ ਪੰਜਾਬ ਦਾ ਹੁਸ਼ਿਆਰਪੁਰ ਤੋਂ ਸਾਡੇ ਪੇਂਡੂ ਬੈਠੇ ਨੇ ਇਹਨਾਂ ਨੂੰ ਪਲੀਜ਼ ਸਪੋਰਟ ਕਰਨਾ ਆਪਣੇ ਡਾਕਟਰ ਸਾਹਿਬ ਇਹ ਸਾਡੇ ਪਿੰਡ ਦੇ ਨੇ ਸਾਡਾ ਪਾਲਣਾ ਯਾਨੀ ਕਿ ਥੋੜ੍ਹਾ ਜਿਹਾ ਹੁਣ ਆ ਗਿਆ ਸੀ ਇੰਗਲੈਂਡ ਤੋਂ ਇੰਗਲੈਂਡ ਤੋਂ ਬਾਅਦ ਅਸੀਂ ਆਏ ਸਿੱਧਾ ਯੂਬਾ ਸਟੇਟ
ਤੇ ਇਹ ਭਾਜੀ ਹੁਣੀ ਉਹ ਖੇਤਾਂ ਨੂੰ ਅੱਜ ਓਨ ਕਰਦੇ ਜਿਹੜਾ ਜੇ ਮੈਂ ਬੀਜ ਤੋੜੇ ਹੋਏ ਨੇ ਬੜੀ ਸਾਡੇ ਫਾਦਰ ਬੜੇ ਹੁੰਦੇ ਮਿਹਨਤ ਕਰਕੇ ਕਿਰਤ ਕਰਕੇ ਅੱਗੇ ਵਧੋ ਐਵੇਂ ਜਿਸ ਤਰ੍ਹਾਂ ਇਹ ਮੈਨੂੰ ਬੜਾ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਦੇਖਦੇ ਇੰਨੇ ਸਕਸੈਸਫੁਲ ਹੁੰਦਾ ਕੋਈ ਇਨਸਾਨ ਤੇ ਅਸੀਂ ਉਹੀ ਚੀਜ਼ਾਂ ਸਿੱਖਦੇ ਹਾਂ ਲਾਈਫ 'ਚ ਤਾਂ ਉਹੀ ਪ੍ਰੈਕਟਿਸ ਕਰਦੇ ਉਹ ਸਭ ਉਸ ਹਿਸਾਬ ਨਾਲ ਆਪਣੀ ਜ਼ਿੰਦਗੀ ਜੀਣਾ ਮੈਂ ਕਿ ਖੇਤਾਂ 'ਚੋਂ ਸ਼ੁਰੂ ਹੋਈ ਸਾਡੀ ਲਾਈਫ ਯੂਨੀਵਰਸਿਟੀ ਦੇ ਖੇਤਰ ਕਹਿਣ ਦੀ ਗੱਲ ਇਹ ਹੈ ਅਤੇ ਹਾਂਜੀ ਹਾਂਜੀ ਕੈਂਪ ਮੈਨੂੰ ਪਤਾ ਨਹੀਂ ਹਾਲੇ ਹੈਗੇ ਇਹਦੇ ਪੇਰੈਂਟ ਹੁੰਦੇ ਕੈਂਪਸ ਹੁੰਦੇ ਸੀਗੇ ਯੂਨੀਵਰਸਿਟੀ ਅਸੀਂ 1970 'ਚ ਆਏ ਸੀ ਯੂਨੀਵਰਸਿਟੀ ਅਤੇ ਉਦੋਂ ਬਹੁਤ ਥੋੜ੍ਹੇ ਲੋਕ ਹੁੰਦੇ ਸੀਗੇ ਉਦੋਂ ਕਿਸੇ ਦੇ ਘਰ ਤੋਂ ਪਾਰਟੀ ਹੋਣੀ ਅਖੰਡ ਪਾਠ ਰੱਖਿਆ ਹੋਣਾ ਇੱਕ ਰੇਡੀਓ ਸਟੇਸ਼ਨ ਰੇਡੀਓ ਪ੍ਰੋਗਰਾਮ ਹੁੰਦਾ ਸੀਗਾ ਉਹਨੇ ਮੈਨੂੰ ਨਾਮ ਬੋਲ ਗਏ ਸ਼ੇਰਗੜ ਤੋਂ ਹੀ ਮਿਲਣਾ ਅਜਮੇਰ ਸਿੰਘ ਬੈਂਸ ਉਹਨਾਂ ਦਾ ਰੇਡੀਓ ਪ੍ਰੋਗਰਾਮ ਉਹ ਰੇਡੀਓ ਪ੍ਰੋਗਰਾਮ ਦੇ ਅਨਾਊਂਸ ਕਰਦੇ ਸੀ ਫਲਾਨੇ ਆਹ ਐਕਸਪ੍ਰੈਸ ਤੇ ਆਹ ਚੀਜ਼ ਹੋ ਰਹੀ ਹੈ ਤਾਂ ਸਾਰੇ ਪਹੁੰਚਦੇ ਹੁੰਦੇ ਸੀ ਕੋਈ ਸਦਾ ਤੋਂ ਕਹਿੰਦੇ ਹੁੰਦਾ ਸੀ ਕੋਈ ਇੰਟਰੈਸਟ ਨਹੀਂ ਸੀ ਐਵਰੀਬਾਡੀ ਸ਼ੋਅ ਇੱਦਾਂ ਟਾਈਮ ਹੁੰਦਾ ਸੀ ਉਹ ਤੇ ਕੈਂਪ ਹੁੰਦੇ ਸੀ ਕੈਂਪਾਂ 'ਚ ਲੋਕ ਰਹਿੰਦੇ ਹੁੰਦੇ ਸੀਗੇ ਅਸੀਂ ਵੀ ਉਹਨਾਂ ਕੈਂਪਾਂ 'ਚ ਰਹੇ ਹਾਂ ਹਾਂਜੀ ਇੱਕ ਉਹ ਕੈਂਪ ਦੇ ਛੋਟੇ ਛੋਟੇ ਕਮਰੇ ਹੁੰਦੇ ਸੀਗੇ ਇੱਕ ਬਾਥਰੂਮ ਨਾਲ ਬਾਹਰ ਬਾਹਰ ਹੀ ਹੁੰਦੇ ਬਾਥਰੂਮ ਜਾ ਕੇ ਅਤੇ ਉਹ ਲਾਈਫ ਦੇਖੀ ਹੋਈ ਹੈ ਉਹ ਤੋਂ ਸ਼ੁਰੂਆਤ ਹੋਇਆ ਅਤੇ ਸਿੱਖਿਆ ਬੜਾ ਕੁਝ ਉੱਥੋਂ ਉਹ ਜਿਹੜੇ ਬਜ਼ੁਰਗਾਂ ਨੇ ਆ ਕੇ ਉਹ ਸਭ ਕੁਝ ਸੈੱਟ ਕੀਤਾ ਜਿਹੜੇ ਹੋਏ ਨਹੀਂ 1900 'ਚ ਆਏ ਆ ਹਾਂਜੀ ਹਾਂ ਭਗਤ ਸਿੰਘ ਥਿਆੜਾ ਹਾਂਜੀ ਹਾਂ ਸਾਡੇ ਇਹਦੇ ਬਾਬਾ ਜੀ ਸਾਡੇ ਉਹਨਾਂ ਦੀ ਅਸੀਂ ਉਹਨਾਂ ਦੇ ਖੇਤਾਂ 'ਚ ਅਸੀਂ ਕੰਮ ਕਰਦੇ ਹੁੰਦੇ ਸੀਗੇ ਬੜੇ ਹਾਂ ਉਸ ਟਾਈਮ ਦੇ ਵੀ ਹਰਮੀ ਉਹਨਾਂ ਦਾ ਬੜਾ ਨਾਂ ਆਇਆ ਯੂਨੀਵਰਸਿਟੀ ਦੇ ਵਿੱਚ ਅਤੇ ਉਸ ਟਾਈਮ ਦੇ ਲੀਡਰ ਸੀ ਕਮਿਊਨਿਟੀ ਦੇ ਹਾਂਜੀ ਹਾਂ ਗਦਰ ਮੂਵਮੈਂਟ 'ਚ ਤਾਂ ਮੈਂ ਐਕਚੁਲੀ ਮੇਰੀ ਸਿਸਟਰ ਹੁੰਦੀ ਆ ਮਨਜੀਤ ਜੰਡਾ ਅਤੇ ਉਹਦੇ ਸਹੁਰੇ 1913 'ਚ ਆਏ ਸੀ ਇੱਥੇ ਹਜ਼ਾਰਾ ਸਿੰਘ ਜੰਡਾ ਕੋਈ ਕਾਫੀ 25 ਸਾਲ ਪਹਿਲਾਂ ਪੂਰੇ ਹੋ ਗਏ ਭਾਅ ਜੀ ਤੁਸੀਂ ਸੁਣਿਆ ਉਹਨਾਂ ਦਾ ਹਾਂਜੀ ਅਤੇ ਥਿਆੜਾ ਹੁਣੀ ਆਪਣੇ ਇਹ ਸਾਰੇ ਇਕੱਠੇ ਸੀ ਉਸ ਮੂਵਮੈਂਟ ਦੇ ਵਿੱਚ ਗਦਰ ਮੂਵਮੈਂਟ ਦੇ ਐਕਚੁਲੀ ਇਨਵੋਲਵ ਸੀ ਜਿਹਨਾਂ ਦਾ ਮੈਂ ਕਹਾਣੀਆਂ ਸੁਣਦਾ ਸੋਚਦਾ ਮੈਨੂੰ ਇੰਨਾ ਪਾਉਣਾ ਲੱਗਦੀ ਸੀ ਅਤੇ ਅੱਜ ਬੜੀ ਪਿਛਲੀ ਗੱਲ ਸੀ ਸਾਡਾ ਪੁਰਾਣਾ ਕਨੈਕਸ਼ਨ ਆ ਅਸੀਂ ਇਕੱਠੇ ਹੋ ਕੇ ਫਿਲਮ ਨੂੰ ਬਣਾ ਰਹੇ ਹਾਂ ਅਤੇ ਉਹ ਕਹਿੰਦਾ ਬੋਲਣ ਹਾਂਜੀ ਸੋਰੀ ਮੈਂ ਜ਼ਿਆਦਾ ਮੈਂ ਐਕਚੁਲੀ ਮੈਂ ਕਹਿੰਦਾ ਬੋਲਣਾ ਬਹੁਤ ਘੱਟ ਹੈ ਮੈਂ ਜ਼ਿਆਦਾ ਬੋਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਦੇਖੋ ਬਾਲਾ ਮੈਂ ਸਟੇਜ 'ਤੇ ਕਦੇ ਬੋਲਿਆ ਜੀ ਨਾਮ ਇਹਦਾ ਮੈਨੂੰ ਚਾਅ ਹੈਗਾ ਚੀਜ਼ ਦਾ ਆਪਾਂ ਤਾਂ ਸਾਰੇ ਭਰਾਵਾਂ ਦਾ ਖੜਿਆ ਬਲਬੀਰ ਸਿੰਘ ਐਮਏ ਅੱਜ ਤੋਂ ਬਹੁਤ ਪੁਰਾਣਾ ਯੂਬਾ ਸੀ ਸਾਡਾ ਬ੍ਰਾਹਮਣ ਸਾਨੂੰ ਕਵੀ ਰਾਜ ਨੂੰ ਨਾਮ ਲਾ ਤਾ ਜਿਹੜੀ ਸਾਡੀ ਬਜ਼ੁਰਗਾਂ ਦੀ ਖੁਆਇਸ਼ ਪੁਰਾਣੀ ਸੀ ਜਿਹੜੀ ਡੁੱਬੀ ਪਈ ਸੀ ਉਹ ਸ਼ਾਇਦ ਕਿਸੇ ਨਾ ਕਿਸੇ ਇਕੱਠੇ ਹੋ ਗਏ ਸੀ ਸਾਰਿਆਂ ਨੂੰ ਦਿਖਾ ਸਕਦੇ ਹਾਂ ਸੋ ਬਸ ਇੰਨੀ ਗੱਲਾਂ ਬਾਕੀ ਤੁਹਾਡਾ ਬਹੁਤ ਸਾਰਾ ਧੰਨਵਾਦ ਜਿਹੜਾ ਕਰਤਾਰ ਸਿੰਘ ਸਰਾਬਾ ਦੇ ਬਾਰੇ ਸੂਰ ਸਿੰਘ ਭਖਣਾ ਇਹ ਪਰਸੋਂ ਸੀ ਕਰਤਾਰ ਸਿੰਘ ਸਰਾਬਾ ਸੋਲਾਂ ਦਾ ਸ਼ਹੀਦੀ ਦਿਨ ਸੀ ਉਹਨਾਂ ਦਾ ਕਰਤਾਰ ਸਿੰਘ ਸਰਾਬਾ ਇੱਕ ਬਾਹਲਾ ਜ਼ਿਆਦਾ ਕੁਛ ਨਹੀਂ ਦੱਸਾਂਗਾ ਕਰਤਾਰ ਜਿਹੜੀ ਇੰਡੀਆ ਦੀ ਐਕਚੁਅਲ ਆਪਣੇ ਇੰਡੀਪੈਂਡੈਂਸ ਦੀ ਮੂਵਮੈਂਟ ਆ ਇਸ ਧਰਤੀ ਤੋਂ ਸ਼ੁਰੂ ਹੋਈ ਸੀ ਅਮਰੀਕਾ ਤੋਂ ਇਸ ਨੂੰ ਤੁਸੀਂ ਉਹ ਚੀਜ਼ ਦਿਖਾਉਣੀ ਚਾਹੁੰਦੇ ਹਾਂ ਉਸ ਤੋਂ ਬਾਅਦ ਆਪਣੇ ਆਪਣੇ ਸ਼ਹੀਦ ਭਗਤ ਸਿੰਘ ਵੀ ਕਰਤਾਰ ਸਿੰਘ ਸਰਾਬਾ ਦੀ ਲਾਈਫ ਦੇ ਇਗਜ਼ਾਮਪਲ ਦੇ ਨਾਲ ਇੰਸਪਾਇਰ ਹੋਇਆ ਸੀਗਾ ਉਸ ਤੋਂ ਬਾਅਦ ਊਧਮ ਸਿੰਘ ਸਾਡੇ ਯਾਨੀ ਕਿ ਸਿੱਖਾਂ ਦੀਆਂ ਬਹੁਤ ਬੜਬੜੀਆਂ ਕੁਰਬਾਨੀਆਂ ਨੇ ਇੰਡੀਆ ਦੀ ਇੰਡੀਪੈਂਡੈਂਸ ਮੂਵਮੈਂਟ ਸੀ ਅਸੀਂ ਉਹੀ ਦਿਖਾਉਣਾ ਚਾਹੁੰਦੇ ਵੀ ਸ਼ੁਰੂਆਤ ਕਿੱਥੋਂ ਹੋਇਆ ਸੀ ਇਹ ਕਿੱਥੋਂ ਇਹਦਾ ਬੀਜ ਲੱਗਿਆ ਸੀ ਇਹ ਫਿਲਮ ਉਸ ਬਾਰੇ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਕਵੀ ਰਾਜ ਜੀ ਅਤੇ ਜੜਾ ਸਾਹਿਬ ਇੱਕ ਛੋਟਾ ਜਿਹਾ ਹੋਰ ਮੈਂ ਅਨਾਊਂਸਮੈਂਟ ਕਰਨੀ ਹੈ ਇੱਕ ਬੱਚੀ ਹੈ 10 ਸਾਲ ਦੀ ਤੁਹਾਨੂੰ ਬੜੀ ਹੈਰਾਨੀ ਹੋਏਗੀ ਕਿ ਉਹ